ਬ੍ਰਿਟੇਨ ਵਿੱਚ ਰਹਿੰਦੀ ਪੰਜਾਬੀ ਸਿੱਖ ਮੁਟਿਆਰ ਕਰਨਜੀਤ ਕੌਰ ਬੈਂਸ ਪਾਵਰ ਲਿਫਟਿੰਗ ਦੇ ਮੈਦਾਨ ਵਿੱਚ ਝੰਡੇ ਗੱਡ ਰਹੀ ਹੈ ਉਸ ਲਈ ਹੀ ਨਹੀਂ ਬਲਕਿ ਪੂਰੀ ਸਿੱਖ ਕੌਮ ਦੇ ਲਈ ਇਹ ਪਲ ਇਤਿਹਾਸਿਕ ਅਤੇ ਮਾਣ ਵਧਾਉਣ ਵਾਲੇ ਸਨ ਜਦੋਂ ਪਾਵਰ ਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਬਣ ਗਈ ਫਿਰ ਵੀ ਮਲਟੀਪਲ ਚੈਂਪੀਅਨਸ਼ਿਪ ਅਤੇ ਕਈ ਕਿਤਾਬ ਦੀ ਹੋਰ ਲਿਸਟ ਹੈ ਜਿੱਥੇ ਉਸਨੇ ਆਪਣੇ ਜੋਰ ਤੇ ਜਜ਼ਬੇ ਦਾ ਲੋਹਾ ਮਣਵਾਇਆ ਹੈ ਉਸ ਲਈ ਬਹੁਤ ਕੁਝ ਹੈ ਜੋ ਉਸਨੇ ਜਿੱਤਿਆ ਹੈ ਉਸਦੇ ਪਰਿਵਾਰ ਅਤੇ ਪਿਛੋਕੜ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਇੱਕ ਅਟੁੱਟ ਭੂਮਿਕਾ ਨਿਭਾਈ ਹੈ ਜਿਸ ਥਾਂ ਉਹ ਅੱਜ ਖੜੀ ਹੈ ਅਤੇ ਉਸਦੀ ਕਹਾਣੀ ਦੇ ਚਸਪ ਹੈ ਹੋਰਾਂ ਲਈ ਪ੍ਰੇਰਣਾਦਾਇਕ ਹੈ ਜਿਸ ਦੀ ਸਿਰਸਰੇ ਵਰ ਗੱਲ ਕਰੀਏ ਤਾਂ ਉਸ ਦੀ ਪਹਿਲੀ ਸਫਲਤਾ ਉਦੋਂ ਪ੍ਰਵਾਨ ਚੜੀ ਜਦੋਂ ਉਹ ਛੋਟੀ ਉਮਰੇ ਇੱਕ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ ਉਸ ਵੇਲੇ ਉਸ ਦੀ ਉਮਰ ਮਹਿਜ 17 ਸਾਲ ਸੀ ਉਸ ਦਾ ਹੌਂਸਲਾ ਅਤੇ ਉਸ ਦੀ ਤਾਕਤ ਹੀ ਉਹ ਸੀ ਜੋ ਉਸ ਨੂੰ ਬਲ ਦਿੰਦੀ ਸੀ ਅਤੇ ਉਸ ਦਾ ਹੌਂਸਲਾ ਵਧਾਉਣ ਵਾਲੀ ਵਜ਼ਨ ਚੁੱਕਣ ਵਾਲੇ ਕੈਰੀਅਰ ਨੂੰ ਜੀਵਨ ਦੇ ਇੱਕ ਵੱਡੇ ਜੋਸ਼ਵਾਲ ਪ੍ਰੇਰ ਦੀ ਸੀ ਅੱਜ ਤੱਕ ਉਸ ਨੇ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਜ਼ਿਕਰਯੋਗ 2019 ਦੀਆਂ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਵਿੱਚ ਗੇਥੇ ਅੰਡਰ 63 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਸ਼ਵ ਅਤੇ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਚੋਟੀ ਦੇ 10 ਸਥਾਨ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸ਼ਾਮਲ ਰਹੀ ਉਸ ਨੂੰ ਆਪਣੀ ਵਿਰਾਸਤ ਅਤੇ ਸਿੱਖ ਹੋਣ ਤੇ ਬਹੁਤ ਮਾਣ ਹੈ ਉਹ ਜਿੱਥੇ ਵੀ ਅਤੇ ਜਦੋਂ ਵੀ ਮੁਕਾਬਲਾ ਲੜਦੀ ਹੈ ਉਸ ਦਾ ਪੂਰਾ ਨਾਮ ਕਰਨਜੀਤ ਕੌਰ ਬੈਸ ਲਿਖਣ ਤੇ ਹੀ ਜ਼ੋਰ ਦਿੰਦੀ ਹੈ ਖੇਡ ਪ੍ਰਤੀ ਉਸ ਦਾ ਜਨੂਨ ਉਸ ਕਿਸਮ ਦੇ ਸੰਦੇਸ਼ ਦਾ ਪ੍ਰਤੀਬਿੰਬਤ ਹੈ ਜਿਸ ਦਾ ਉਦੇਸ਼ ਉਹ ਸਾਰੇ ਪਿਛੋਕੜ ਦੀਆਂ ਔਰਤਾਂ ਤੱਕ ਇਸ ਖਾਸ ਸੁਨੇਹ ਨੂੰ ਪਹੁੰਚਾਉਣਾ ਹੈ ਜੋ ਹਰ ਤਰ੍ਹਾਂ ਦੇ ਕੰਮਾਂ ਆਦੇ ਵਿਸ਼ੇਸ਼ ਪਾਵਰ ਲਿਫਟਿੰਗ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਹਨ ਉਸ ਵਾਂਗ ਵੱਡੇ ਮੁਕਾਮ ਸਰ ਕਰਨਾ ਚਾਹੁੰਦੀਆਂ ਹਨ ਇਸ ਖੇਡ ਵਿੱਚ ਹਿੱਸਾ ਲੈਣ ਲਈ ਉਸ ਦੀ ਪ੍ਰੇਰਣਾ ਉਸ ਦੇ ਪੂਰੇ ਪਰਿਵਾਰ ਤੋਂ ਆਉਂਦੀ ਹੈ ਜੋ ਸਾਰੇ ਐਥਲੈਟਿਕ ਟਰੈਕ ਅਤੇ ਫੀਲਡਰਸ ਮਾਗਮਾ ਵਿੱਚ ਮਾहिर ਹਨ ਉਸਦੇ ਦੋਵੇਂ ਵੱਡੇ ਭਰਾ ਕੌਮੀ ਪੱਧਰ ਦੇ ਹਾਰਡਲ ਦੌੜਾਕ ਹਨ ਉਹਨਾਂ ਦੇ ਪਿਤਾ ਜੋ ਕਿ ਉਸਦੇ ਕੋਚ ਵੀ ਹਨ ਕੁਦ ਵੀ ਇੱਕ ਪਾਵਰ ਲਿਫਟਰ ਹਨ ਵੱਡੀ ਗੱਲ ਇਹ ਹੈ ਕਿ ਉਸ ਦੀ ਮਾਂ ਮਨਜੀਤ ਕੌਰ ਨੇ ਆਪਣੇ ਬੱਚਾ ਨੂੰ ਸਕੂਲ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਬਕਾਇਦਾ ਮੁਕਾਬਲਾ ਕਰਦਿਆਂ ਵੇਖ ਕੇ ਖੇਡਾਂ ਵਿੱਚ ਹਿੱਸਾ ਲਿਆ ਯੂਕੇ ਚਲੇ ਜਾਣਾ ਉਸ ਲਈ ਮੁਸ਼ਕਲ ਸੀ ਕਿਉਂਕਿ ਉਸ ਦੇ ਆਪਣੇ ਸਕੂਲ ਦੀ ਪੜ੍ਹਾਈ ਪੰਜਾਬ ਵਿੱਚ ਕੀਤੀ ਸੀ ਇਸ ਦੇ ਬਾਵਜੂਦ ਉਸ ਨੇ ਸਾਰੀਆਂ ਮੁਸ਼ਕਲਾਂ ਨੂੰ ਪਛਾੜ ਦਿੱਤਾ ਅਤੇ ਆਪਣੀ ਧੀ ਦੇ ਨਾਲ ਨਾਲ ਖੁਦ ਦਾ ਹੌਸਲਾ ਵਧਾਉਣਾ ਵੀ ਸ਼ੁਰੂ ਕੀਤਾ ਹੌਲੀ ਹੌਲੀ ਐਥਲੈਟਿਕ ਮੁਕਾਬਲਿਆਂ ਵਿੱਚ ਵੀ ਸ਼ਾਮਲ ਹੋਣਾ ਸ਼ੁਰੂ ਕੀਤਾ ਅੱਜ ਉਹ ਵਾਰਬਿਕ ਸ਼ਹਿਰ ਵਿੱਚ ਐਥਲੈਟਿਕਸ ਅਤੇ ਤੰਦਰੁਸਤੀ ਮੁਕਾਬਲੇ ਵੱਡਾ ਨਾਮ ਹਨ ਅਧਿਓ ਆਪਣੇ ਬੱਚਿਆਂ ਤੇ ਖਾਸ ਕਰ ਕਿਰਨਜੀਤ ਕੌਰ ਲਈ ਪ੍ਰੇਰਣਾ ਹਨ ਇਹ ਧੀ ਆਪਣੀ ਮਾਂ ਤੋਂ ਹੈਰਾਨ ਹੈ ਅਤੇ ਉਸ ਨੂੰ ਇਹ ਕਹਿ ਕੇ ਹਵਾਲਾ ਦਿੱਤਾ ਗਿਆ ਕਿ ਉਸ ਸਮੇਂ ਮੈਂ 13 ਸਾਲਾਂ ਦੀ ਸੀ ਮੈਂ ਇੱਕ ਉਤਸੁਕ ਸਪ੍ਰਿੰਟਰ ਸੀ ਇਸ ਲਈ ਇਹ ਤੱਤ ਹੈ ਕਿ ਉਸ ਨੂੰ ਇਹ ਸਾਰੇ ਤਮਗੇ ਜਿੱਤਦੇ ਦੇਖੇ ਹਨ ਮੈਂ ਨੂੰ ਹਮੇਸ਼ਾ ਉਸਤੇ ਮਾਣ ਸੀ ਅਤੇ ਉਸਦੇ ਪਸ਼ੋਕੜ ਅਤੇ ਉਹਨੂੰ ਚੁਣੌਤੀਆਂ ਨੂੰ ਜਾਣਦਿਆਂ ਹੋਇਆਂ ਜੋ ਉਸਨੇ ਬਚਪਨ ਤੋਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਗੁਜ਼ਾਰੀਆਂ ਸਨ ਉਸ ਦੀ ਇਸ ਕਾਮਯਾਬੀ ਦਾ ਸਿਹਰਾ ਇੱਕ ਦੂਜੇ ਨੂੰ ਸਮਰਥਨ ਦੇਣ ਅੱਗੇ ਵਧਣ ਲਈ ਮਦਦ ਕਰਨ ਲਈ ਪੂਰੇ ਪਰਿਵਾਰ ਨੂੰ ਜਾਂਦਾ ਹੈ ਜੋ ਕਿ ਇੱਕ ਦੂਜੇ ਦਾ ਹੌਸਲਾ ਵਧਾਉਂਦੇ ਹਨ ਸ਼ਾਬਦਿਕ ਅਰਥ ਵਿੱਚ ਪਾਵਰ ਲਿਫਟਿੰਗ ਉਹਨਾਂ ਸਾਰੇ ਮੈਂਬਰਾਂ ਲਈ ਇੱਕ ਪਰਿਵਾਰਕ ਪ੍ਰੋਗਰਾਮ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਰਾਹੀਂ ਖੇਡ ਨੂੰ ਬਹੁਤ ਕੁਝ ਦਿੱਤਾ ਹੈ ਇਸ ਖੇਡ ਨੂੰ ਸਮਰਪਿਤ ਹਨ ਸਖ ਮਿਹਨਤ ਕਰਨ ਦੇ ਨਾਲ-ਨਾਲ ਕਿਰਨਜੀਤ ਕੌਰ ਬੈਂਸ ਆਪਣੇ ਵਿਰਾਸਤ ਅਤੇ ਸੱਭਿਆਤਾ ਨੂੰ ਸਮਰਪਿਤ ਹੈ। ਉਹ ਕਿਤੇ ਵੀ ਜਾਂਦੀ ਹੈ ਆਪਣੀ ਪਛਾਣ ਆਪਣੀ ਵਿਰਾਸਤ ਨੂੰ ਨਹੀਂ ਭੁੱਲਦੀ। ਇਸ ਨਾਲ ਉਸ ਨੂੰ ਉਸ ਵਰਗੀਆਂ ਕੁੜੀਆਂ ਲਈ ਰਾਹ ਤੇ ਚੱਲਣ ਤੇ ਸਮਾਜਿਕ ਸੋਚ ਅਤੇ ਪ੍ਰੇਰਣਾ ਲਈ ਰਸਤਾ ਖੋਲਣ 'ਚ ਮਦਦ ਦੇ ਰਹੀ ਹੈ। ਉਹ ਸਮਾਜਿਕ ਵਲਗਾਂ ਨੂੰ ਭੰਨ ਰਹੀ ਹੈ ਕਿ ਕੁੜੀਆਂ ਕਿਸੇ ਤੋਂ ਕਿਸੇ ਗੱਲੋਂ ਕੱਟ ਨਹੀਂ। ਪਰਿਵਾਰ ਅਤੇ ਸਮਾਜ ਦਾ ਸਹਿਯੋਗ ਮਿਲੇ ਤਾਂ ਉਹ ਹਰ ਮੈਦਾਨ ਫਾਤੇ ਕਰ ਸਕਦੀਆਂ ਹਨ ਅਤੇ ਪਾਵਰ ਲਿਫਟਿੰਗ ਦੇ ਖੇਤਰ ਚ ਲੋਹਾ ਮਣਵਾ ਰਹੀ ਕਿਰਨਜੀਤ ਕੌਰ ਬੈਂਸ ਇਹ ਬਾਖੂਬੀ ਸਾਬਤ ਵੀ ਕਰ ਰਹੀ ਹੈ